इन्होंने एकदम इन्होंने जवाब देने आ। तो शुरू करते हैं जी, मंट्रियाल की नौकरी जी, जीएम वाली नौकरी आ, उसके बारे गल करते हैं। सब तो वधिया कैंडिडेट कौन है मार्केट से गुरप्रीत? रणदीप, मैनू लगता पैट्रिक वाह उहदा नाम शामिल होना चाहिए आ। लैजेंड हैगा है मॉन्ट्रियाल दे विच, कोई शक नहीं हैगी। पर हाँ, इहदी खेड तो अलावा जो कुछ इन्हें बेंच के पिछे कोच राही किया आ, उहनू भी देखना पैना आ। कोलोराडो का कोच जदों सी जैक एडम्स इनाम जितया तो बहुत वड्डा इनफ्लूएंस इहदा सीगा उस टीम ते, तुसीं कह सकदे आ। ते जिहड़े क्यू एम जे एच एल दी रैमपार्ट्स टीम हैगी आ, उहदे ते वी इहदा जिहड़ा एडमिन रोल हैगा आ एज अ मालिक, उन्हें भी बहुत कुछ उत्थे किया। सो सोचना पैना पैट्रिक वॉ दे बारे, क्योंकि एक तरह की नज़र जी लग गई है जदा यह गया आ। 1995 ट्रेड किया गया, दो वारी कप जितया ने मॉन्ट्रियाल कनेडियनज़ के नाल, पर जो गया वो बड़ी माड़ी माड़े ढंग नाल इहनू कढ़िया गया, ट्रेड किया गया। सो जद तो ही उस तो बाद मॉन्ट्रियाल ने कोई कप नहीं जितया। सो शायद जे वापस ले आण वह नज़र भी थोड़ी जी उठ जाए। कहानी दिमाग के विच तो बहुत वधिया लगती है, पर इहदी इह वी गल है कि गुस्सा बड़ा तेज है इहदा, हो जाती है टीम दे नाल कोलोराडो एवलांच नूं इस करके उत्थों भज गया सी। पर तुहाडे पक्खों कौन है सब तो वधिया कैंडिडेट? डैनियल ब्रियर, उहदा चर्चा ज़्यादा हो रही है, तो मेरा ख्याल वधिया फिट हैगा टीम वास्ते। साबका खिडारी आ, जूनियर भी खेडिया इत्थे मॉन्ट्रियाल दे विच, ते 44 सालां दा हैगा रणदीप। हुण रहा यह GM ते वाइस प्रेजिडेंट हॉकी ऑपरेशनज फिलाडेल्फिया की जिहड़ी टीम ECHL वाली मेन मर्नर्स है, तो लगभग 1000 गेमां खेडिया NHL दे विच। सो इज्जत वाला खिडारी हैगा, मॉन्ट्रियाल दे विच भी साबका खिडारी हैगा। मेरा ख्याल है यह बनूगा टीम दे विच, आऊगा इहनू लैके आओगे तो वधिया कैंडिडेट हैगा। चलो वधिया कैंडिडेट तो हैगा डैनियल ब्रियर, तो इहदी स्टॉक भी वध रही है। बिजनेस स्कूल बड़ा तकड़ा, वोर्टन बिजनेस स्कूल गया सी, सो बिजनेस सीखा। चलो हुण दूजे सवाल वाल जाने, जिथे असी चौथा हिस्सा जिहड़ा सीजन का मोगिया तकदीर, सब तो हैरानीजनक खेड चंगियों पक्षों ਕਿਹੜੇ ਖਿਡਾਰੀ ਦੀ ਆ? ਮੈਂ ਤਾਂ ਹੈਰਾਨ ਆ ਯਾਰ, ਨਾਜ਼ਮ ਕਾਦਰੀ ਦੀ ਗੇਮ ਦੇਖੋ, ਚੌਥੇ ਸਥਾਨ 'ਚ ਹੈਗਾ ਪੁਆਇੰਟਸ ਪੱਖੋਂ ਪੂਰੀ NHL ਦੇ ਵਿੱਚ ਇਸ ਵੇਲੇ। ਪਿਛਲੇ ਸੀਜ਼ਨ ਜੇ ਅਸੀਂ ਸਾਰੇ ਸਟੈਟ ਕੁੱਲ ਮਿਲਾ ਕੇ ਦੇਖਦੇ ਹਾਂ ਆਂਕੜਿਆਂ ਪੱਖੋਂ, 127ਵੇਂ ਸਥਾਨ 'ਤੇ ਸੀਗਾ ਪੁਆਇੰਟਸ ਪੱਖੋਂ, ਅਤੇ ਹੁਣ ਚੌਥੇ ਸਥਾਨ 'ਤੇ ਸਿਰਫ ਡਰਾਈਸਾਈਡਲ ਔਰ ਮੈਕਡੇਵਿਡ ਅਤੇ ਵੈਚਕਿਨ ਇਹਦੇ ਅੱਗੇ ਹੈਗੇ ਆ। 30 ਪੁਆਇੰਟ ਬਣਾ ਚੁੱਕਾ, ਅਤੇ ਪਿਛਲੇ ਸੀਜ਼ਨ 56 ਗੇਮਾਂ 'ਚ ਇਹਨੇ 32 ਪੁਆਇੰਟ ਬਣਾਏ ਸੀਗੇ। ਸੋ ਭਾਵੇਂ ਮਖੇਨਨ ਵੀ ਬਾਹਰ ਸੀਗਾ ਸੱਟ ਕਰਨ, ਟੌਪ ਦਾ ਖਿਡਾਰੀ ਇਹਨਾਂ ਦੀ ਟੀਮ 'ਤੇ, ਫਿਰ ਵੀ ਨਾਜ਼ਮ ਕਾਦਰੀ ਸਾਰਾ ਬੋਝ ਚੱਕ ਰਿਹਾ ਆਪਣੀ ਟੀਮ ਵਾਸਤੇ। ਟੋਰਾਂਟੋ 'ਚ ਪੁੱਛਦੇ ਹੋਣੇ ਆ ਬੰਦਾ ਕਿੱਥੋਂ ਆ ਗਿਆ, ਇੱਦਾਂ ਦੇ ਪੁਆਇੰਟ ਕਿੱਥੋਂ ਕਰ ਲਾ ਪਿਆ, ਪਰ ਤੁਸੀਂ ਦੱਸੋ ਤੁਹਾਡੀ ਜਿਹੜੀ ਸਿਲੈਕਸ਼ਨ ਹੈ ਕੌਣ? ਮੈਂ ਤਾਂ ਕਹੂੰਗਾ ਟ੍ਰੋਏ ਥੈਰੀ ਖਿਲਾੜੀ ਹੈਗਾ ਆ। ਪਿਛਲੇ 4 ਸਾਲਾਂ 'ਚ ਕੁੱਲ ਮਿਲਾ ਕੇ ਇਹਨੇ 15 ਗੋਲ ਕੀਤੇ, ਇਸ ਸੀਜ਼ਨ ਉਹ 15 ਗੋਲ ਕਰ ਚੁੱਕਾ, ਆਪਣੀ ਟੀਮ ਦਾ ਆਗੂ ਹੈਗਾ, ਅਤੇ NHL ਦੇ ਵਿੱਚ 6ਵੇਂ ਨੰਬਰ 'ਤੇ ਗੋਲ ਸਕੋਰਿੰਗਸ ਪੱਖੋਂ, ਅਤੇ 9ਵੇਂ ਨੰਬਰ 'ਤੇ ਪੁਆਇੰਟਸ ਪੱਖੋਂ। 25 ਪੁਆਇੰਟ ਹੈਗੇ ਆ ਟ੍ਰੋਏ ਥੈਰੀ ਦੇ। ਇਸ ਸੀਜ਼ਨ ਤੋਂ ਪਹਿਲਾਂ ਵੱਧ ਤੋਂ ਵੱਧ ਇਹਨੇ 7 ਗੋਲ ਕੀਤੇ ਸੀ, ਉਹ ਸੀ ਪਿਛਲੇ ਸਾਲ ਐਤਕੀ, ਉਹ ਤੋਂ ਦੁੱਗਣੇ ਤੋਂ ਵੱਧ ਕਰ ਚੁੱਕਾ। ਹੈਰਾਨੀਜਨਕ ਖੇਡ, ਹੈਰਾਨੀਜਨਕ ਟੀਮ ਐਨਾਹਾਈਮ ਡਕਸ। ਹਾਂਜੀ, ਤਾਂ ਮੁੰਡੇ ਨੂੰ ਕੰਟਰੈਕਟ ਵੀ ਇਸ ਸਾਲ ਤੋਂ ਬਾਅਦ ਮਿਲਣਾ, ਉਹ ਵੀ ਮੈਨੂੰ ਲੱਗਦਾ ਬੜਾ ਤਕੜਾ ਕੰਟਰੈਕਟ ਹੋਣਾ। ਚਲੋ ਤੀਜੇ ਸਵਾਲ ਵੱਲ ਜਾਂਦੇ ਹਾਂ। ਇਸ ਹਫ਼ਤੇ ਕੁਛ ਸਸਪੈਂਸ਼ਨਾਂ ਦੇਖਣ ਨੂੰ ਮਿਲੀਆਂ ਸੀ, ਬ੍ਰੈਂਡਨ ਲਮਿਊ ਜੀ ਨੇ ਦੰਦੀ ਵੱਢੀ ਸੀ ਪਿਛਲੇ ਹਫ਼ਤੇ ਬ੍ਰੇਡੀ ਕਚੱਕ ਦੇ, ਪਰ ਸਵਾਲ ਇਹ ਆ ਕਿ ਗੁਰਪ੍ਰੀਤ ਖੇਡ ਮੁਤਾਬਕ ਸਭ ਤੋਂ ਗੰਦਾ ਖਿਡਾਰੀ ਕੌਣ ਹੈ NHL ਦੀ ਦੁਨੀਆ 'ਚ? ਰਣਦੀਪ, ਮੈਂ ਅੱਗੇ ਵੀ ਕਿਹਾ ਉਹੀ ਇੱਕ ਖਿਲਾੜੀ, ਟੌਮ ਵਿਲਸਨ, ਵਾਸ਼ਿੰਗਟਨ ਕੈਪੀਟਲਸ ਦਾ ਖਿਲਾੜੀ। ਹਾਂ ਹੈਗਾ ਉੱਤਮ 6 ਫੋਰਵਰਡ ਆਫੈਂਸਿਵ ਖੇਡ ਪੱਖੋਂ ਵੀ, ਪਰ ਇਹਦੀ ਜਿਹੜੀ ਖੇਡ ਆ ਉਹਦਾ ਵੈਸੇ ਬੜੀ ਗੰਦੀ ਆ। 18 ਸਾਲਾਂ 'ਚ ਇਹਨੇ ਜਿੰਨੀਆਂ ਗੇਮਾਂ ਖੇਡੀਆਂ ਉਹ ਤੋਂ ਡਬਲ ਪੈਨਲਟੀ ਮਿਨਟ ਇਹਨੂੰ ਮਿਲੇ ਆ, 5 ਵਾਰੀ ਸਸਪੈਂਡ ਹੋ ਚੁੱਕਾ ਆ, ਅਤੇ ਪਿਛਲੇ ਸੀਜ਼ਨ ਯਾਦ ਆ ਪਾਵਲ ਬੁਚਨੋਵਿਚ ਨੂੰ ਅਤੇ ਆਰਟੇਮੀ ਫਨੇਰਨ ਨੂੰ ਬੱਚਿਆਂ ਵਾਂਗੂ ਚੱਕ ਚੱਕ ਕੇ ਮਾਰਿਆ ਨੇ। ਵਿਚਾਰੇ ਫਨੇਰਨ ਦੇ ਸੱਟ ਵੀ ਲੱਗ ਗਈ ਸੀਗੀ, ਫਿਰ ਵੀ ਨਹੀਂ ਉਹਨੂੰ ਕੁਛ ਕੀਤਾ ਗਿਆ, ਫਾਈਨ ਕੀਤਾ ਗਿਆ ਸਿਰਫ। ਸੋ ਸਭ ਤੋਂ ਗੰਦਾ ਇਹ ਹੈਗਾ ਆ ਟੌਮ ਵਿਲਸਨ। ਤਕਦੀਰ, ਤੁਸੀਂ ਦੱਸੋ? ਮੈਂ ਤਾਂ ਬ੍ਰੈਡ ਮਾਰਸ਼ਲ ਦਾ ਨਾਮ ਲਊਂਗਾ, ਜੋ ਕਿ 7 ਵਾਰੀ ਸਸਪੈਂਡ ਹੋ ਚੁੱਕਾ, ਫਿਰ ਇਸ ਹਫ਼ਤੇ ਉਹਨੂੰ ਸਲੂ ਫੁਟਿੰਗ ਦੀ ਸਸਪੈਂਸ਼ਨ 3 ਗੇਮ ਦੀ ਮਿਲੀ ਆ। ਲਗਭਗ ਉਹਨੂੰ $1 million ਜੁਰਮਾਨਾ ਵੀ ਭਰਨਾ ਪਿਆ ਆਪਣੇ ਕਿੱਤੇ ਦੇ ਵਿੱਚ। ਯਾਰ ਹੋਰ ਕੀ ਕਰ ਸਕਦਾ ਬੰਦਾ, ਉਹੀ ਗਲਤੀਆਂ ਫੇਰ ਕਰੀ ਜਾਂਦਾ। ਮੈਂ ਤਾਂ ਬ੍ਰੈਡ ਮਾਰਸ਼ਲ ਦਾ ਨਾਮ ਲਊਂਗਾ, ਸਭ ਤੋਂ ਮਾੜਾ ਖਿਡਾਰੀ ਹੈਗਾ ਇਸ ਪੱਖੋਂ। ਕਮਾਲ ਦੀ ਗੱਲ ਹੈ, ਕਿਸੇ ਨੇ ਬ੍ਰੈਂਡਨ ਲਮਿਊ ਦਾ ਨਾਮ ਨਹੀਂ ਲਿਆ, ਇੱਕ ਦੋ ਹੋਰ ਵੀ ਖਿਡਾਰੀ ਹੈਗੇ ਆ ਜਿਹੜੇ ਤੁਸੀਂ ਕਹਿ ਸਕਦੇ ਹੋ ਸਲੂ ਫੁੱਟ ਕਰਦੇ ਹੈਗੇ। PK ਸੁਬਾਨ ਦਾ ਵੀ ਨਾਮ ਚੱਲਦਾ NHL ਦੀ ਦੁਨੀਆ 'ਚ ਅੱਜ ਕੱਲ੍ਹ। ਸੋ ਇਹ ਹੈਗੀ ਆ ਗੱਲਬਾਤ, ਤੁਸੀਂ ਸਾਨੂੰ ਦੱਸੋ ਸੋਸ਼ਲ ਮੀਡੀਆ ਰਾਹੀਂ ਕਿ ਤੁਸੀਂ ਸਹਿਮਤ ਹੋ ਮੁੰਡੇ ਦੇ ਨਾਲ, ਜੇ ਤੁਹਾਡੇ ਆਪਣੇ ਸੁਜੈਸ਼ਨ ਆ। ਪਰ ਦੇਖਦੇ ਰਹਿਣਾ ਹਾਕੀ 9 ਕੈਨੇਡਾ ਪੰਜਾਬੀ।